ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਜਲੰਧਰ ਦੇ ਸੈਂਟਰਲ ਟਾਊਨ ਵਿੱਚ ਇੱਕ ਗੋਦਾਮ ਵਿੱਚ ਚੋਰਾਂ ਵੱਲੋਂ ਰਾਤੋ ਰਾਤ ਹੱਥ ਸਾਫ਼ ਕਰ ਦਿੱਤਾ ਗਿਆ ਇਸ ਵਾਰਦਾਤ ਦਾ ਪਤਾ ਅੱਜ ਉਸ ਸਮੇਂ ਲੱਗਾ ਜਦੋਂ ਮਾਲਕਾਂ ਵੱਲੋਂ ਗੋਦਾਮ ਨੂੰ ਖੋਲ੍ਹਿਆ ਗਿਆ ਫਗਵਾੜਾ ਗੇਟ ਸਥਿਤ ਸਾਈਕਲਾਈਨ ਇੰਟਰਪ੍ਰਾਈਜ਼ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਜਗਦੀਸ਼ ਪਾਲ ਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਘਰ ਦੇ ਕੋਲ ਹੀ ਉਹਨਾਂ ਦਾ ਇੱਕ ਸੈਂਟਰਲ ਟਾਊਨ ਵਿੱਚ ਗੋਦਾਮ ਹੈ ਉਹਨਾਂ ਦੱਸਿਆ ਕਿ ਉਹ ਲੁਧਿਆਣਾ ਕਿਸੇ ਰਿਸ਼ਤੇਦਾਰ ਦੇ ਘਰ ਕਿਸੇ ਵਿਆਹ ਸਮਾਰੋਹ ਵਿੱਚ ਗਏ ਹੋਏ ਸਨ ਉਹਨਾਂ ਦੱਸਿਆ ਕਿ ਰਾਤ ਕਰੀਬ 5-25 ਜਨਵਰੀ ਦੀ ਰਾਤ 1:30 ਵਜੇ ਦੇ ਕਰੀਬ ਗੋਦਾਮ ਵਿੱਚ ਤਾਲੇ ਤੋੜ ਕੇ ਦਾਖਲ ਹੋਏ ਅਤੇ ਰਾਤ 2:07 ਤੇ ਰੇੜੇ 'ਤੇ ਕੁਝ ਸਮਾਨ ਲੱਦ ਕੇ ਲੈ ਗਏ ਫਿਰ ਦੁਬਾਰਾ 3:01 ਤੇ ਆਏ ਅਤੇ 3:07 ਤੇ ਦੂਜੀ ਵਾਰ ਰੇੜੇ 'ਤੇ ਸਮਾਨ ਲੱਦ ਕੇ ਲੈ ਗਏ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਚੋਰ ਭੇਤੀ ਹੋਣਗੇ ਚੋਰੀ ਦੀ ਇਹ ਸਾਰੀ ਵਾਰਦਾਤ ਨੇੜੇ ਲੱਗੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇੱਥੇ ਜਾ ਕੇ ਜਦੋਂ ਦੇਖਿਆ ਤਾਲੇ ਤਲੇ ਟੁੱਟੇ ਪਏ ਸੀਗੇ ਅਤੇ ਇੱਥੋਂ ਸਟੈਪਲਾਈਜ਼ਰ ਏਸੀ ਦੇ ਏਸੀ ਦੀਆਂ ਕੋਪਰ ਪਾਈਪਾਂ ਬੱਚਿਆਂ ਦੇ ਸਾਈਕਲ ਇੱਕ ਵੱਡਾ ਸਾਈਕਲ ਜੇਲਾਂ ਵਾਲਾ ਇੱਥੇ ਕਾਫੀ ਇੱਥੋਂ ਗੀਜ਼ਰ ਵਗੈਰਾ ਉਹ ਚੱਕੇ ਗਏ ਨੇ ਬਾਕੀ ਮੇਰੇ ਡਰਾਏ ਵਗੈਰਾ ਸਾਰੇ ਖੁਲਾਰੇ ਪਏ ਸੀਗੇ ਮਾੜੇ ਮੋਟੇ ਪੈਸੇ ਸੀਗੇ ਰੋਜ਼ ਇੰਨੇ ਰੱਖਦੇ ਨਹੀਂ ਸੀਗੇ ਉਹ ਸਾਰੇ ਚੱਕੇ ਗਏ ਨੇ ਸਰ ਕੋਈ ਫੁਟੇਜ ਆਇਆ ਜੀ ਫੁਟੇਜ ਸੀ ਸੀ ਟੀ ਵੀ ਕੈਮਰਾ ਕਿਸੇ ਆਸ ਪੜੋਸ ਦੇ ਕੈਮਰਿਆਂ ਦੇ ਵਿੱਚ ਆਇਆ ਵਾ ਉੱਥੋਂ ਇੱਕ ਫੁਟੇਜ ਮਿਲੀ ਹੈਗੀ ਆ ਉਹ ਸਾਨੂੰ ਪਤਾ ਲੱਗੀ ਹੈ ਬਾਕੀ ਹੋਰ ਦੇਖ ਰਹੇ ਹਾਂ ਉਹ ਮੌਕੇ 'ਤੇ ਆਇਆ ਸੀ ਸੀ ਟੀ ਵੀ ਚੈੱਕ ਕਰਦੇ ਦੱਸੋ ਸਰ ਸੀ ਸੀ ਟੀ ਵੀ ਕੁਛ ਆਇਆ ਜੀ ਸੀ ਸੀ ਟੀ ਵੀ ਜਿਹੜੇ ਆਉਂਦੇ ਆ ਅਤੇ ਬਾਕੀ ਅੱਗੇ ਚੈੱਕ ਕਰਦੇ ਹਾਂ ਨਾਲ ਦੀ ਸਰ ਕਿੰਨੇ ਜਾਣੇ ਸੀ 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 ਟੀ ਵਿੱਚ ਸੀ ਟੀ ਵੀ ਚੱਲ ਇੱਕ ਰੇਡਾ ਜਾ ਕੇ ਆ ਰਿਹਾ ਅੱਛਾ ਜੀ ਅੱਗੇ ਕੈਮਰੇ ਚੈੱਕ ਕਰਕੇ ਦੇਖਦੇ ਹਾਂ ਸਰ ਕਿੰਨੇ ਵਜੇ ਦੀ ਇਹ ਘਟਨਾ ਹੈਗੀ ਆ 3:00 ਦੀ ਗੱਲ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼